ਔਰ ਵਿਜੇ ਪ੍ਰਤਾਪ ਨੇ ਥੋੜੇ ਦਿਨ ਪਹਿਲਾਂ ਵੀਡੀਓ ਵੀ ਜਾਰੀ ਕੀਤੀ ਸੀ ਆਪਣੇ ਪੇਜ ਦੇ ਉੱਤੇ ਜਦੋਂ ਉਹ ਪਾਰਟੀ ਜੁਆਇਨ ਜਿੱਦਣ ਕਰਦੇ ਆ ਨਾਲ ਕੇਜਰੀਵਾਲ ਤੇ ਭਗਵੰਤ ਮਾਨ ਵੀ ਬੈਠੇ ਆ ਉਹ ਕਹਿੰਦੇ ਮੈਂ ਆਪਣੇ ਜਿਹੜੇ ਸਟੈਂਡ ਲਏ ਸੀ ਜਿਹੜੇ ਕਰਕੇ ਆਇਆ ਸੀ ਉਹਨੇ ਸਾਰੀ ਵਿਚਾਰਧਾਰਾ ਤੇ ਖੜਾ ਉਹਨਾਂ ਨੇ ਇਸ਼ਾਰਾ ਤਾਂ ਕੀਤਾ ਪਰ ਇਹ ਨਹੀਂ ਲਿਖਿਆ ਕਿ ਦੂਜੇ ਕੌਣ ਕੌਣ ਖੜੇ ਆ ਕਿ ਨਹੀਂ ਖੜੇ ਇਨਡਾਇਰੈਕਟਲੀ ਵੇ ਨਾਲ ਕਹਿ ਗਏ ਕਿ ਮੈਂ ਉੱਥੇ ਖੜਾ ਮੈਂ ਕਹਿੰਦਾ ਜੀ ਕੇਜਰੀਵਾਲ ਨੇ ਕੀ ਕਿਹਾ ਜਦੋਂ ਸ਼ਾਮਲ ਕੀਤਾ ਉਸ ਤੋਂ ਬਾਅਦ ਵੀ ਕਿਹਾ ਵੀ ਸਾਰੀ ਜਾਂਚ ਹੋਈ ਪਈ ਆ ਸਾਰਾ ਕੁਝ ਸਾਹਮਣੇ ਆ ਸੱਤ ਦਿਨਾਂ ਦੇ ਵਿੱਚ ਅਸੀਂ ਮਸਲਾ ਹੱਲ ਕਰਕੇ ਦਿਖਾ ਦਾਂਗੇ ਬਰਗਾੜੀ ਕੰਡ ਵਾਲਾ ਕੀ ਬਣਿਆ ਜੀ ਸਾਰੇ ਕਸੇ ਦਾ ਮਤਲਬ ਤੁਸੀਂ ਮਤਲਬ ਕਹਿੰਦੇ ਕੁਝ ਹੋਰ ਹੋ ਤੁਹਾਡੇ ਮਨ 'ਚ ਕੁਝ ਹੋਰ ਆ ਉਸ ਮਸਲੇ ਬਾਰੇ ਸਮਝ ਕੁਝ ਹੋਰ ਆ ਇੱਕ ਤਾਂ ਹੁੰਦਾ ਵੀ ਪਤਾ ਗੱਲ ਦਾ ਪਰ ਕਹਿੰਦੇ ਹੋਰ ਨੇ ਕਹਿੰਦੇ ਹੋਰ ਨੇ ਮਨ 'ਚ ਕੁਝ ਹੋਰ ਆ ਮਸਲੇ ਬਾਰੇ ਸਮਝ ਹੈ ਨਹੀਂ ਇਹੀ ਗੱਲ ਸਾਹਮਣੇ ਆ ਰਹੀ ਆ ਠੀਕ ਆ ਹਰ ਇੱਕ ਬੰਦੇ ਦਾ ਆਪਣਾ ਗੱਟਸ ਹੁੰਦਾ ਇੱਕ ਮੈਗਨਾ ਕਾਂਗਰਸ ਪਾਰਟੀ ਆ ਉਹਦੇ ਵਿੱਚ ਵੀ ਬਹੁਤ ਸਾਰੇ ਹਜੇ ਬੰਦੇ ਨੇ ਕੇਜਰੀਵਾਲ ਨੇ ਤਾਂ ਸਟੇਜ ਤੋਂ ਸ਼ਾਬਸ਼ ਵੀ ਦਿੱਤੀ ਕਹਿੰਦੇ ਕਹਿੰਦੇ ਸੀ ਸਟੇਟ ਨਹੀਂ ਚਲਾਉਣੀ ਆਂਦੀ ਦੇਖਿਆ ਸਾਡੇ ਮੁੱਖ ਮੰਤਰੀ ਨੇ ਚਲਾਈ ਆ ਕਿ ਨਹੀਂ ਸਟੇਟ ਤੁਸੀਂ ਨਾ ਜੀ ਮੈਂ ਮੈਂ ਅੱਜੇ ਪੋਸਟ ਪਾਈ ਆ ਪੰਜਾਬ 'ਚ ਦੋ ਗੱਲਾਂ ਸੀ ਇੱਕ ਬਦਲਾਅ ਸੀ ਇੱਕ ਵਿਕਾਸ ਸੀ ਮੈਂ ਕਿਹਾ ਇਹ ਦੋਹੇ ਬੰਦਲ ਗਏ ਲੋਕਾਂ ਨੂੰ ਇਹ ਦਿਖ ਨਹੀਂ ਰਹੇ ਵੀ ਵਿਕਾਸ ਕਿੱਥੇ ਆ ਤੇ ਬਦਲਾਅ ਕਿੱਥੇ ਆ ਵਿਕਾਸ ਤੇ ਬਦਲਾਅ ਛਾਲ ਮਾਰ ਕੇ ਹਵਾ 'ਚ ਲਟਕ ਗਏ ਸਾਰੇ ਪੰਜਾਬ ਦੇ ਖੰਭਿਆਂ ਤੇ ਮੋੜਾਂ ਤੇ ਕਿਤੇ ਕੇਦਰੀਵਾਲ ਤੇ ਭਗਵੰਤ ਇਕੱਠੀ ਫੋਟੋ ਕਿਤੇ ਇਕੱਲੇ ਦੀ ਫੋਟੋ ਤੇ ਜਿਹੜਾ ਬੰਦਾ ਇਹ ਕਹਿੰਦਾ ਹੁੰਦਾ ਸੀ ਫੋਟੋਆਂ ਬਾਰੇ ਅੱਜ ਉਹ ਮਤਲਬ ਠੀਕ ਆ ਮਸ਼ਹੂਰੀ ਹੁੰਦੀ ਆ ਮਤਲਬ ਸਾਰੀ ਰਿਕਾਰਡ ਤੋੜ ਤੇ ਹੁਣ ਹੋ ਇਹ ਤਾਂ ਇਹ ਕਹਿੰਦਾ ਸੀ ਨਾ ਵੀ ਭਾਂਡਿਆਂ ਤੇ ਵੀ ਬਾਦਲ ਦੀ ਫੋਟੋ ਹੁਣ ਤੁਸੀਂ ਦੇਖੋ ਕਿ ਕਿਹੜੀ ਚੀਜ਼ ਐ ਜਿੱਥੇ ਕੇਦਰੀਵਾਲ ਦੀ ਤੇ ਇਹਦੀ ਫੋਟੋ ਨਹੀਂ ਜਾਂ ਇਹ ਭਗਵੰਤ ਮਾਨ ਦੀ ਫੋਟੋ ਨਹੀਂ ਇਹ ਤਾਂ ਹਾਲ ਹੋਇਆ ਜੀ ਜਿਹਨੇ ਲਾਤੀ ਲੋਈ ਉਹਦਾ ਕੀ ਕਰ ਲੂ ਕੋਈ ਇਹ ਤਾਂ ਇਸ ਗੱਲ ਤੇ ਆ ਗਿਆ ਤੁਸੀਂ ਇਹ ਅੰਦੋਲਨਾਂ ਚੋਂ ਪੈਦਾ ਹੋਈ ਪਾਰਟੀ ਅੰਦੋਲਨਾਂ ਨੂੰ ਕਿਵੇਂ ਕੋ ਚੱਲ ਰਹੀ ਹੈ ਕਿਸਾਨਾਂ ਨੂੰ ਦੇਖੋ ਘਰਾਂ ਚੋਂ ਨਿਕਲਣ ਨਹੀਂ ਦਿੱਤਾ ਤੁਸੀਂ ਕਿਸੇ ਵੀ ਅੰਦੋਲਨ ਦੇ ਬੰਦਿਆਂ ਨੂੰ ਪਹਿਲਾਂ ਫੜ ਲੈਨੇ ਹੋ ਪਹਿਲਾਂ ਉਹ ਬੇਰੋਜ਼ਗਾਰ ਫੜੇ ਅੱਜ ਜਦੋਂ ਜਲੰਧਰ ਵਾਲੀ ਗੱਲ ਹੋਏ ਜਿਹੜੇ ਹੋਰ ਯੂਨੀਅਨ ਵਾਲੇ ਸੀ ਉਹ ਫੜ ਲੈ ਤੇ ਤੁਸੀਂ ਕਹਿੰਦੇ ਜੇ ਲੋਕਾਂ ਤੋਂ ਤੁਹਾਨੂੰ ਡਰ ਲੱਗਦਾ ਮੁਰਗੀਖਾਨੇ ਖੋਲ੍ਹ ਲਓ ਹੁਣ ਡੀਵੀ ਤੁਸੀਂ ਕਿੱਡੀ ਵੱਡੀ ਬਣਾਤੀ ਜਿਹੜੀ ਮੂਰੇ ਖਾਲੀ ਥਾਂ ਆ ਵੀ ਕੋਈ ਸੁਣੇ ਨਾ ਤੇ ਸਿਕਿਉਰਿਟੀ ਕਿਹੜੀ ਹੱਦ ਤੱਕ ਕਿਸੇ ਨੂੰ ਆਉਣ ਨਹੀਂ ਦਿੱਤਾ ਜਾਂਦਾ ਬੋਲਣ ਨਹੀਂ ਦਿੱਤਾ ਜਾਂਦਾ ਸੋ ਇਸ ਕਰਕੇ ਪੰਜਾਬ ਦੇ ਲਈ ਨਹੀਂ ਪੰਜਾਬੀਆਂ ਨੇ ਕੋਈ ਗਲਤੀ ਨਹੀਂ ਕੀਤੀ ਕਿਉਂਕਿ ਉਹਨਾਂ ਕੋਲ ਕੋਈ ਬਦਲੇ ਨਹੀਂ ਸੀ ਉਹ ਠੀਕ ਹੈ ਮੁੱਦਿਆਂ ਦੀ ਸਿਆਸਤ ਤੋਂ ਔਖੜ ਕੇ ਉਹ ਗਰੰਟੀਆਂ ਦੀ ਸਿਆਸਤ ਚ ਫਸ ਗਏ ਤੇ ਗਰੰਟੀ ਕੋਈ ਨਹੀਂ ਪੂਰੀ ਹੋ ਰਹੀ ਤੇ ਸਾਡੀ ਗੱਲ ਵਿੱਚ ਆ ਇੱਕ ਗੱਲ ਹੋਰ ਬੜੀ ਆਈ ਉਸ ਦਿਨ ਜਦੋਂ ਅੰਮ੍ਰਿਤਸਰ ਵਾਲੀ ਪਾਸੇ ਬੱਸਾਂ ਕੂਚ ਕੀਤੀਆਂ ਕੁਝ ਚੈਨਲਾਂ ਦੇ ਵੱਲੋਂ ਇਹ ਦਿਖਾਇਆ ਗਿਆ ਕਿ ਕੋਈ ਚੈਨਲ ਤਾਂ ਇਹ ਰਿਪੋਰਟ ਕਰ ਰੇ ਸੀ ਕਿ ਰੈਲੀ ਫਲॉप ਹੈ ਆਏ ਨਹੀਂ ਬੰਦੇ ਕੁਝ ਇਹ ਕਹਿ ਰਹੇ ਸੀ ਸਰਕਾਰੀ ਬੱਸਾਂ ਕਿਉਂ ਘਰਦੀਆਂ ਫਿਰਦੀਆਂ ਇੱਥੇ ਹਰਲ ਹਰਲ ਕਈ ਚੈਨਲਾਂ ਨੇ ਰਿਪੋਰਟ ਕੀਤਾ ਕਿ ਨਹੀਂ ਜੀ ਇਹ ਸਰਕਾਰ ਵਾਲੇ ਪਾਸੇ ਦੀ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਹੈ ਠੀਕ ਨਹੀਂ ਹੈ ਇਹ ਵੀ ਸਾਰਾ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਨਜ਼ਰ ਆਈ ਨਹੀਂ ਦੇਖੋ ਇਹ ਤਾਂ ਕੀ ਆ ਤੁਸੀਂ ਦੇਖੋ ਇੰਡੀਆ ਗੱਠ ਜੋੜਾ ਜਿਹੜਾ ਕਿੰਨੀਆਂ ਪਾਰਟੀਆਂ ਦਾ 14 ਇੰਕਰਾਂ ਦਾ ਉਹਨਾਂ ਨੇ ਬਾਈਕਟ ਕਰਨ ਦਾ ਐਲਾਨ ਕੀਤਾ ਵੀ ਜਿੱਥੇ ਆ ਇੰਕਰ ਨੇ ਅਸੀਂ ਉਹ ਕਿਸੇ ਸ਼ੋਅ 'ਚ ਨਹੀਂ ਜਾਣਾ ਮੀਡੀਆ ਦੇ ਹਾਲ ਤੁਸੀਂ ਆਪ ਮੀਡੀਆ 'ਚ ਤੁਹਾਨੂੰ ਪਤਾ ਵੀ ਇੱਥੇ ਕੀ ਹੋਇਆ ਹੋਇਆ ਪੰਜਾਬ ਦੀ ਵੀ ਲੋੜ ਹੈਗੀ ਐ ਪੰਜਾਬ ਦੇ ਵਿੱਚ ਚਲੋ ਬਾਈਕਟ ਵਾਲੀ ਗੱਲ ਤਾਂ ਮੈਂ ਨਹੀਂ ਕਹਿੰਦਾ ਪਰ ਮੀਡੀਆ ਦੀ ਆਜ਼ਾਦੀ ਇੱਕ ਬਹੁਤ ਗੰਭੀਰ ਮਸਲਾ ਜਿਹਦੇ ਬਾਰੇ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਬੋਲਣਾ ਚਾਹੀਦਾ ਤੇ ਠੀਕ ਆ ਹਲੇ ਮਿੰਨਲਾ ਦਾ ਸਾਢੇ 3 ਸਾਲ ਪਏ ਨੇ ਤੇ ਆ ਜਿੱਦਾਂ ਚੋਣਾਂ ਦਾ ਐਲਾਨ ਹੋ ਗਿਆ ਕੇਂਦਰ ਦੀਆਂ ਦਾ ਦੇਖੋ মিডিਆ ਵਿਛਾਲ ਮਾਰ ਕੇ ਤੁਹਾਨੂੰ ਪਤਾ ਹੀ ਆ ਜਦੋਂ ਤੁਸੀਂ ਪੈਸੇ ਦੇ ਪੁੱਤ ਬਣ ਜਾਓ ਹੈ ਜੀ ਮਤਲਬ ਜਿਸकी ਸਰਕਾਰ ਉਸੀ ਦਾ ਕਰਤਾਰ ਹੋਣ ਲੱਗ ਜੇ ਫਿਰ ਇਹ ਤਾਂ ਬਦਲ ਬਦਲ ਵੀ ਜਾਂਦੇ ਇਹ ਕਿਹੜੇ ਪੱਕੇ ਨੇ ਜੀ ਇਹਨਾਂ ਨੂੰ ਤਾਂ ਪੈਸੇ ਚਾਹੀਦੇ ਨੇ ਸਰਕਾਰੀ ਸਹੂਲਤਾਂ ਚਾਹੀਦੀਆਂ ਨੇ ਇਸ਼ਤਿਹਾਰਬਾਜ਼ੀ ਚਾਹੀਦੀ ਆ ਸੰਕਟ ਵੀ ਹੈਗਾ মিডিਏ ਨੂੰ ਉਹਦਾ ਲਾਹਾ ਵੀ ਲੈ ਰਹੇ ਨੇ ਪੂਰੀ ਤਰ੍ਹਾਂ ਇਸ ਕਰਕੇ ਲੋਕ ਹੁਣ মিডিਆ ਸੁਣਨੋਂ हट ਗਏ ਜੀ ਠੀਕ ਆ سوشل মিডিਏ ਤੇ ਵੀ ਬਹੁਤ ਕੂੜ ਪ੍ਰਚਾਰ ਹੁੰਦਾ। سوشل মিডিਆ ਲਾਧੂ ਕਾਹ ਸਾਹਿਬ ਜਦੋਂ ਆਇਆ ਸੀ ਨਾ ਇੰਨਾ ਰੌਲਾ ਪਿਆ ਸੀ ਵੀ ਲੋਕਾਂ ਦੇ ਹੱਥ ਹਥਿਆਰ ਆ ਗਿਆ। ਹਰ ਇੱਕ ਬੰਦਾ ਪੱਤਰਕਾਰ ਬਣ ਗਿਆ। ਇਹਨਾਂ ਪਾਰਟੀਆਂ ਨੇ ਜਿਨ੍ਹਾਂ ਨੇ ਗੋਦੀ মিডিਆ ਬਣਾਇਆ ਜਾਂ ਕੇਜਰੀਵਾਲ মিডিਆ ਬਣਾਇਆ ਇਹਨਾਂ ਨੇ سوشل মিডিਏ ਚ ਐਡੀ दखਲ ਅੰਦਾਜ਼ੀ ਕਰਤੀ ਆਈਟੀ ਸੈੱਲ ਤੇ ਉਹਦਾ ਹੀ ਵੀ ਕਦਰ ਘਟਾਈ ਬਹੁਤ ਬੁਰੀ ਤਰ੍ਹਾਂ ਹੋ ਗਈ। ਉੱਥੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਸੱਚਾ ਸੱਚ ਝੂਠ ਉੱਥੇ ਵੀ ਪਰਖਣਾ ਬਹੁਤ ਔਖਾ। ਇਸ ਕਰਕੇ ਇਹ ਤਾਂ ਲੋਕਾਂ ਨੂੰ ਆਪਣੀ ਸੂਝ ਸਮਝ ਨੂੰ ਵਿਕਸਿਤ ਕਰਨ ਦੀ ਲੋੜ ਆ ਤਾਂ ਕਿ ਉਹ ਸਮਝ ਸਕਣ ਵੀ ਜਾਣਕਾਰੀ ਕੀ ਆ ਅਕਲ ਕੀ ਆ ਸੱਚ ਕੀ ਆ ਝੂਠ ਕੀ ਆ ਇਹ ਨਹੀਂ ਹੈ ਵੀ ਜੋ ਮਾਲੀ ਨੇ ਕਹਿਤਾ ਯਾਰ ਉਹ ਤਾਂ ਸੱਚ ਆ ਉਹਨੂੰ ਅਡਟ ਥਾਵਾ ਤੋਂ ਦੇਖੋ ਸੋ ਜੋ ਇਹ ਅਮਰਸਰ ਸੰਮੇਲਨ ਹੋਇਆ ਤੇ ਪਹਿਲਾ ਸੰਮੇਲਨ ਵੀ ਅਮਰਸਰ ਹੋਇਆ ਸੀ ਤੁਹਾਨੂੰ ਪਤਾ ਨਾ ਜਿਹੜਾ ਗੈਰ ਸਰਕਾਰੀ ਸੀ ਤੇ ਬਿਲੋਂ ਦੇ ਸਰਕਾਰ ਨੇ ਪੇ ਕੀਤੇ ਨੇ ਸੌ ਚੁੱਕਣ ਤੋਂ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਤੇ ਉੱਥੇ ਵੀ ਕਰੋੜਾਂ ਰੁਪਏ ਖਰਚ ਹੋਏ ਸੀ ਠੀਕ ਆ ਹੁਣ ਕੋਈ ਬੋਲਦਾ ਨਹੀਂ ਕੋਈ ਗੱਲ ਨਹੀਂ ਕਰਦਾ ਤੇ ਇਹਨਾਂ ਦਾ ਹਸਾਬਕਿਤਾਬ ਤੇ ਜਿਹੜਾ ਇਹ ਕਹਿੰਦਾ ਨਾ ਮੈਂ ਇਹਨਾਂ ਦੇ ਢਿੱਡ ਚੋਂ ਕੱਢੂ ਪੈਸੇ ਜਦੋਂ ਇਹਨਾਂ ਦੀ ਵਾਰੀ ਆਈ ਬਾਈ ਜੀ ਤੁਸੀਂ ਦੇਖਿਓ ਨਾ ਤੱਪੜ ਰੁਲ ਜਾਣਗੇ ਹਸਾਬਕਿਤਾਬ ਇਹ ਨਾ ਨਾਲ ਵੀ ਹੋਣਾ ਇਸ ਪੱਖੋਂ ਵੀ ਹੋਣਾ ਤੁਸੀਂ ਖੰਡ ਨਾ ਮਾਫੀ ਦਾ ਹਾਲ ਕੀ ਹੋ ਗਿਆ ਤੁਸੀਂ ਦੇਖੋ ਜੀ ਮਤਲਬ ਸ਼ਰਾਬ ਦੀ ਨੀਤੀ ਦਾ ਹਾਲ ਕੀ ਹੋ ਗਿਆ ਤੁਸੀਂ ਦੇਖੋ ਜੀ ਆ ਰੋਪੜ ਵਾਲਾ ਐਸਐਸਪੀ ਤੇ ਤਹਿਸੀਲਾਰ ਟੰਗੇ ਹੋਏ ਨੇ ਹਾਈ ਕੋਰਟ ਨੇ ਹੁਣ ਰੌਲਾ ਤਾਂ ਠੀਕ ਅਫਸਰਾਂ ਦਾ ਵੀ ਰੌਲਾ ਕਈ ਬਾਲੇ ਤੇ ਹਿੱਤੇ ਬਣਦੇ ਨੇ ਜਿਵੇਂ ਆ ਆ ਐਸਐਸਪੀ ਬਾਰੇ ਬੜਾ ਮਸ਼ਹੂਰ ਆ ਵੀ ਮਤਲਬ ਜਿਸ ਕੀ ਸਰਕਾਰ ਉਸੀ ਦਾ ਕਰਤਾਰ ਹੁੰਦਾ ਵਧੀਆ ਤਾਂ ਤੇ ਜਾਂਦਾ ਖੰਡ ਨੀਤੀ ਚ ਕਰੋੜਾਂ ਅਰਬਾਂ ਦੀ ਲੁੱਟ ਹੋ ਰਹੀ ਆ ਕੋਈ ਨੀਤੀਓ ਨਹੀਂ ਸਾਰਾ ਕੁਝ ਹੋ ਹੀ ਜਾਂ ਰਿਹਾ ਬਾਹਰਲੇ ਸੂਬਿਆਂ ਤੋਂ ਆ ਰਿਹਾ 6 ਰੁਪਏ ਫੁੱਟ ਉਹਨਾਂ ਤੋਂ ਟੈਕਸ ਲੈਂਦੇ ਨੇ ਕਿਸੇ ਖਾਤੇ ਚ ਨਹੀਂ ਜਮਾ ਉਹ ਜਾਣੀ ਜਿਹੜੇ ਪ੍ਰਾਈਵੇਟ ਲੁੱਟਦੇ ਸੀ ਹੁਣ ਪਾਰਟੀ ਲੁੱਟਣ ਲੱਗੀ ਸਰਕਾਰ ਲੈਣਾ ਉੱਤੇ ਸਾਰੇ ਆ ਹਾਲ ਹੋਇਆ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਖਤਮ ਵੀ ਉਸ ਪਾਸੇ ਨੂੰ ਲੈ ਕੇ ਜਾਣੇ ਆ ਕਿ ਕੁਮਰ ਵਿਜੇ ਪ੍ਰਤਾਪ ਦੀ ਉਹ ਕੀਤੀ ਗਈ ਟਿੱਪਣੀ ਜਿਹਨੂੰ ਆਮ ਲੋਕ ਤਾਂ ਸਲਾਹ ਹੀ ਰਹੇ ਐ ਹੋਰ ਵੀ ਬਹੁਤ ਸਾਰੇ ਕਹਿ ਰਹੇ ਕਿ ਚਲੋ ਕਿਸੇ ਨੇ ਤਾਂ 92 ਚ ਹਿੰਮਤ ਕੀਤੀ ਕਿ ਆਹ ਗੱਲ ਵੀ ਐਦਾਂ ਹੋਣੀ ਚਾਹੀਦੀ ਆ ਹੁਣ ਇਹ ਗੱਲਾਂ ਜਿਹੜੀਆਂ ਨੇ ਕਿੱਧਰ ਨੂੰ ਜਾਣਗੀਆਂ ਕੁਮਰ ਵਿਜੇ ਪ੍ਰਤਾਪ ਦੀ ਸਿਆਸਤ ਕੀ ਬਾਕੀਆਂ ਨੂੰ ਟੱਕਰ ਦੇ ਸਕਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਨਹੀਂ ਮੈਨੂੰ ਲੱਗਦਾ ਇੱਕ ਵਿਅਕਤੀ ਦੀ ਐਡੀ ਵੱਡੀ ਟੱਕਰ ਨਹੀਂ ਹੁੰਦੀ ਕਿਉਂਕਿ ਜਿਹੜੇ 92 ਨੇ ਨਾ ਉਹਨਾਂ ਦੀ ਆਪ ਦੀ ਸੂਝ ਸਮਝ ਤੇ ਸਮਰੱਥਾ ਜਿਹੜੀ ਉਹ ਨਿਰਪਰ ਹੋ ਗਈ ਅਸਲ ਵਿੱਚ ਤੁਸੀਂ ਦੇਖੋ ਵੀ ਜਿਹੜਾ ਬੰਦਾ ਕੋਈ ਮਾੜੀ ਵੱਖ ਗੱਲ ਕਰ ਦੇ ਉਹ ਨਾਬੇ ਵਾਲੇ ਦੇਵਮਾਨ ਨੇ ਕਿਹਾ ਸੀ ਨਾ ਤੁਸੀਂ ਉਹ ਕਹਿਆ ਸੀ ਨਾ ਡਿਪਟੀ ਸੀਮ ਅਸੀਂ ਦਲਤ ਬਣਾਉਣਾ ਉਹਨੇ ਉਹ ਗੱਲ ਦੁਹਰਾਤੀ ਦੂਜੇ ਦਿਨ ਅਖਬਾਰਾਂ 'ਚ ਆ ਗਏ ਵੀ ਮੀਟਿੰਗਾਂ 'ਚ ਸੱਦਨੋਂ ਹਟ ਗਏ ਐਸਐਸਪੀ ਤੇ ਡੀਸੀ ਪਰ ਕੁਤਰ ਤੇ ਇਸੇ ਕਰਕੇ ਹੁਣ ਹਰਕਾ ਆਪਣੀ ਜਾਨ ਬਚਾਉਂਦਾ ਪਰ ਦੂਜੀ ਗੱਲ ਤੁਹਾਨੂੰ ਬਈ ਦੀ ਮੈਂ ਇਹ ਦੱਸ ਦਾਂ ਠੇਠਾ ਲੁੱਟ ਪੈ ਗਈ ਜਿਹਦਾ ਜਿੱਥੇ ਹੱਥ ਵਜਦਾ ਉਹ ਮਾਰਨ ਲੱਗੇ ਵੱਡੇ ਵੀ ਪਏ ਨੇ ਆ 99 ਏਕੜ ਜ਼ਮੀਨ ਦੀ ਗੱਲ ਤੁਸੀਂ ਲੈ ਲਓ ਕਟਾਰੂ ਚੱਕ ਵਾਲੀ ਤੁਸੀਂ ਲੈ ਲਓ ਸਰਾਰੀ ਵਾਲੀ ਗੱਲ ਲੈ ਲਓ ਉਹ ਵੀ ਪਏ ਨੇ ហេਠਾ ਉਹੀ ਸਿਸਟਮ ਉਹੀ ਐਮਐਲਏ ਅਫਸਰਾਂ ਨੇ ਉਸੇ ਤਰ੍ਹਾਂ ਸੈੱਟ ਕਰ ਲਏ ਉਸੇ ਤਰ੍ਹਾਂ ਰਿਸ਼ਵਤ ਚੱਲ ਰਹੀ ਆ ਰੋਜ਼ ਲਗਾਤਾਰ ਫੜੇ ਜਾ ਰਹੇ ਨੇ ਠੀਕ ਆ ਅਫਸਰ ਵੱਡੇ ਨਹੀਂ ਫੜੇ ਜਾਂਦੇ ਪਰ ហេਠਲੇ ਸਾਰੇ ਫੜੇ ਜਾ ਰਹੇ ਨੇ ਤੇ ਜਦੋਂ ਕਹਿੰਦੇ ਨੇ ਸਾਥੋਂ ਪੈਸੇ ਗਾਹਾਂ ਕਿੱਥੇ ਗਏ ਉੱਥੇ ਆ ਕੇ ਜਾਂਚ ਫੇਰ ਰੁਕ ਜਾਂਦੀ ਏ ਇਹਨਾਂ ਦਾ ਹਾਲ ਵਈ ਜੀ ਉਹ ਹੋਣਾ ਮਤਲਬ ਇੱਕ ਵਾਰ ਚੰਦੂ ਮਾਜਰੇ ਬਾਰੇ ਕਿੱਪਣੀ ਕੀਤੀ ਸੀ ਟੋੜਾ ਸਾਹਿਬ ਨੇ ਮੈਂ ਜਾ ਰਿਹਾ ਸੀ ਸੰਗਰੂਰ ਉਹਨਾਂ ਦੀ ਰੈਲੀ ਹੋ ਰਹੀ ਸੀ ਜੀ ਮੈਂ ਕੁਦਰਤੀ ਸੁਣਨ ਲੱਗ ਗਿਆ ਉੱਥੇ ਬੜਿਆਂ ਨੇ ਮਿਹਣੇ ਦਿੱਤੇ ਟੋੜਾ ਸਾਹਿਬ ਨੂੰ ਵੀ ਤੁਹਾਡਾ लाडला ਪੁੱਤ ਉਧਰ ਬੈਠਾ ਬਰਨਾਲਾ ਸਾਹਿਬ ਦੀ ਸਰਕਾਰ ਚ ਟੋੜਾ ਸਾਹਿਬ ਨੇ ਉੱਥੇ ਇੱਕ ਗੱਲ ਕਹੀ ਸੀ ਕਹਿੰਦਾ ਮਾਪੇ ਕਮਾਪੇ ਨਹੀਂ ਹੁੰਦੇ ਪੁੱਤਾਂ ਜਿਹੜੇ ਉਹ ਕੁਪੁੱਤ ਹੋ ਸਕਦੇ ਆ ਹੁਣ ਸਾਡੇ ਆਲਾ ਦਾ ਤਾਂ ਹਾਲ ਉਹ ਆ ਵੀ ਭੁੱਖੇ ਜੱਟ ਟਕਟੋਰੀ ਲੱਭੀ ਪਾਣੀ ਪੀ ਪੀ ਆ ਫਰਿਆ ਇਹਨਾਂ ਦਾ ਹਾਲ ਵੀ ਉਹੀ ਹੋਣਾ